ਜ਼ਿਲ੍ਹਾ ਸ਼ੰਭੂ ਬੈਰੀ ਨੈਸ਼ਨਲ ਹਾਈਵੇ ਤੇ ਆਵਾਜਾਈ ਠੱਪ ਕਰਕੇ ਪੰਜਾਬੀ ਕਲਾਕਾਰਾਂ ਨੇ ਗਾਣੇ ਰਾਹੀਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਸਮੇਤ ਲੋਕ ਕਿਸਾਨਾਂ ਦੇ ਹੱਕ ਵਿੱਚ ਸੜਕਾਂ ਦੇ ਉਤਰੇ, ਜਿਸ ਵਿੱਚ ਆਮ ਦੁਕਾਨਦਾਰ, ਪਿੰਡ ਵਾਸੀ ਤੇ ਨਾਲ ਨਾਲ ਫਿਲਮੀ ਕਲਾਕਾਰ ਤੇ ਸਿੰਗਰਾਂ ਨੇ ਵੀ ਆਪਣੇ ਗਾਣੇ ਗਾ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਹੋ ਰਹੇ ਧੱਕੇ ਤੋਂ ਜਾਣੂ ਕਰਵਾਇਆ। ਕੋਰੋਨਾ ਦਾ ਰਾਗ ਅਲਾਪ ਰਹੀ ਕੇਂਦਰ ਤੇ ਸੂਬਾ ਸਰਕਾਰ ਦੀਆਂ ਹਦਾਇਤਾਂ ਵੀ ਇੱਥੇ ਫੇਲ ਹੁੰਦੀਆਂ ਦੇਖੀਆਂ ਗਈਆਂ। ਨਾ ਕੋਈ ਸੋਸ਼ਲ ਡਿਸਟੈਂਸਿੰਗ ਤੇ ਨਾ ਹੀ ਕਿਸੇ ਨੇ ਫੇਸ ਮਾਸਕ ਪਾਇਆ ਸੀ। ਸਿਰਫ ਇੱਕੋ ਹੀ ਗੱਲ ਸੀ ਕਿ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਵਜੋਂ ਜੋ ਇਹ ਬਿੱਲ ਪਾਸ ਕੀਤਾ ਗਿਆ ਹੈ, ਇਸ ਨੂੰ ਵਾਪਸ ਲਿਆ ਜਾਵੇ। ਵੱਡੀ ਗਿਣਤੀ ਚ ਆਏ ਹੋਏ ਧਾਰਮਿਕ ਸੰਸਥਾਵਾਂ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਆਏ ਹੋਏ ਕਿਸਾਨ ਭਰਾਵਾਂ ਤੇ ਨੌਜਵਾਨਾਂ ਲਈ ਲੰਗਰ ਪਾਣੀ ਦੀ ਪੂਰੀ ਵਿਵਸਥਾ ਸੀ। ਪਰ ਹੁਣ ਵੇਖਣਾ ਇਹ ਹੈ ਕਿ ਜੋ ਕਿਸਾਨ ਆਪਣੇ ਹੱਕਾਂ ਦੀ ਖਾਤਰ ਸੜਕਾਂ ਤੇ ਉਤਰੇ ਹੋਏ ਹਨ, ਸਰਕਾਰ ਵੱਲੋਂ ਇਹਨਾਂ ਨੂੰ ਕੀ ਹਮਾਇਤ ਵਿੱਚ ਕਿਹਾ ਜਾਂਦਾ ਹੈ ਅਤੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਸਥਾਨਕ ਵਾਸੀਆਂ ਨੇ ਸਰਕਾਰ ਦੇ ਪ੍ਰਤੀ ਕਿੱਦਾਂ ਰੋਸ ਜ਼ਾਹਿਰ ਕੀਤਾ, ਆਓ ਸੁਣਾਉਂਦੇ ਹਾਂ। ਬਾਈ ਜੀ ਕਿੱਥੋਂ ਆਏ ਹੋ ਤੁਸੀਂ? ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਤੋਂ ਆਏ ਹਾਂ। ਕੀ ਨਾਮ ਕੀ ਹੈ ਤੁਹਾਡਾ? ਜਤਿੰਦਰ ਸਿੰਘ ਹੈ। ਤੇ ਅੱਜ ਤੁਸੀਂ ਇੱਥੇ ਧਰਨੇ ਤੇ ਆਏ ਹੋ ਤਾਂ ਕੋਈ ਤੁਹਾਡੇ ਗੁਰਦੁਆਰੇ ਵੱਲੋਂ ਸਪੈਸ਼ਲ ਡਿਊਟੀ ਲੱਗੀ ਹੈ ਜੀ? ਨਹੀਂ ਜੀ, ਆਹ ਸੇਵਾ ਹੀ ਲਾਉਂਦੇ ਹਾਂ ਜੀ। ਕਿਤੇ ਵੀ ਕੋਈ ਵੀ ਆਤ ਵੜ ਇਹੋ ਜਿਹਾ ਕੰਮ ਹੁੰਦਾ ਜਿੱਥੇ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ। ਠੀਕ ਹੈ, ਠੀਕ ਹੈ ਜੀ, ਠੀਕ ਹੈ, ਧੰਨਵਾਦ। ਧਾਨ ਯੂਨੀਅਨ ਜਿੰਦਾਬਾਦ! ਧੱਕਾ ਸਾਈ ਨਹੀਂ ਚਲੇਗੀ! ਧੱਕਾ ਸਾਈ ਨਹੀਂ ਚਲੇਗੀ! ਕਿਸਾਨ ਯੂਨੀਅਨ ਜਿੰਦਾਬਾਦ! ਬਾਈ ਜੀ ਕੀ ਨਾਮ ਹੈ ਤੁਹਾਡਾ? ਜਾਗਰੂਕ ਕਰਨਾ ਚਾਹੁੰਦੇ ਵੀ ਜੋ ਕਿਸਾਨ ਪੰਜਾਬ ਦੀ ਔਰ ਸਾਰੇ ਦੇਸ਼ ਦੀ ਕਿਸਾਨੀ ਨਾਲ ਹੋ ਰਿਹਾ ਹੈ, ਇਹ ਸਰਾਸਰ ਧੱਕਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਨੇ ਹੋਰ ਸਕੀਮਾਂ ਚਲਾਈਆਂ, ਬਾਅਦ 'ਚ ਸਾਰਿਆਂ ਨੂੰ ਮਜਬੂਰ ਕਰਤਾ ਵੀ ਹਾਂ ਵੀ ਆਪਣੇ ਝੰਡੇ ਥੱਲੇ ਲੈਣ ਵਾਸਤੇ ਜਾਂ ਵੀ ਆਪਣਾ ਹੱਕਾਂ ਲਈ ਜਾਗਰੂਕ ਕਰਨ ਵਾਸਤੇ ਅਸੀਂ ਆਏ ਹਾਂ। ਦੂਸਰਾ ਸਰ, ਇੱਕ ਨਾ ਆਮ ਤੌਰ 'ਤੇ ਇਹ ਦੇਖਿਆ ਜਾ ਰਿਹਾ ਵੀ ਇਹ ਲੜਾਈ ਨੂੰ ਸਿਰਫ ਇੱਕ ਮਾਨਸਾ ਬੈਲਟ ਵੱਲੋਂ ਜਾਂ ਮਾਲਵਾ ਬੈਲਟ ਦਾ ਮੰਨਿਆ ਜਾ ਰਿਹਾ ਹੈ, ਨਾ ਕਿ ਇੱਧਰ ਜੀਰਕਪੁਰ ਸਾਈਡ ਜਾਂ ਇੱਧਰ ਵਾਲੇ ਪਿੰਡਾਂ ਵਾਲੇ ਪਾਸੇ। ਇੱਧਰ ਵਾਲੇ ਪਾਸੇ ਲੋਕ ਜਾਗਰੂਕ ਨਹੀਂ ਕਿਉਂਕਿ ਸ਼ਾਇਦ ਇਹਨਾਂ ਦੇ ਹੋਰ ਧੰਦੇ ਚੱਲਦੇ ਨੇ, ਕਿਸਾਨੀ ਨਾਲ ਨਹੀਂ ਜੁੜੇ ਹੋਏ। ਇਸ ਕਰਕੇ ਅਸੀਂ ਚਾਹੁੰਦੇ ਵੀ ਸਾਰਾ ਪੰਜਾਬ ਹੀ ਇੱਕ ਵਾਰੀ ਇਕਜੁੱਟ ਹੋ ਕੇ ਵੀ ਇਹਦਾ ਸਾਥ ਦੇਵੇ, ਇਸ ਲਹਿਰ 'ਚ ਸ਼ਾਮਿਲ ਹੋਵੇ ਤਾਂ ਜੋ ਕਿਸਾਨ ਭਰਾਵਾਂ ਨਾਲ। ਅਤੇ ਅੱਜ ਜੋ ਇਹ ਇੱਥੇ ਆਪਣਾ ਸੁਣਨ ਨੂੰ ਆ ਰਿਹਾ ਕਿ ਕੁਛ ਗਾਇਕ ਭਰਾ ਵੀ, ਗਾਇਕ ਭੈਣਾਂ ਵੀ ਆਪਣੀਆਂ ਕਿਸਾਨ ਦਾ ਸਮਰਥਨ ਕਰ ਰਹੀ ਹੈ, ਅੱਜ ਇੱਥੇ ਕੌਣ ਆਇਆ ਹੋਇਆ ਤੁਹਾਨੂੰ ਪਤਾ? ਇੱਥੇ ਤਕਰੀਬਨ ਸਾਰੇ ਪੰਜਾਬ 'ਚੋਂ ਸਾਰੇ ਸੱਜਣ ਪਹੁੰਚੇ ਨੇ ਜਿਨ੍ਹਾਂ ਨੂੰ ਕੋਈ ਮਾੜਾ ਮੋਟਾ ਰੁਤਬਾ ਹੈ, ਚਾਹੇ ਕੋਈ ਸਿੰਗਰ ਨੇ, ਪਰ ਸਭ ਤੋਂ ਪਹਿਲਾਂ ਉਹ ਕਿਸਾਨ ਦੇ ਪੁੱਤਰ ਨੇ, ਪਿੰਡਾਂ 'ਚੋਂ ਨਿਕਲੇ ਨੇ, ਪਿੰਡਾਂ ਦੇ ਵਸਨੀਕ ਨੇ, ਉਹਨਾਂ ਨੂੰ ਪਤਾ ਗਰੀਬੀ ਔਰ ਕਿਸਾਨੀ ਕੀ ਚੀਜ਼ ਹੈ, ਆਮ ਕਿਸਾਨ ਜਾਂ ਆਮ ਪਰਿਵਾਰ ਕਿਹੜੀਆਂ ਮੁਸੀਬਤਾਂ ਨਾਲ ਜੂਝਦਾ ਹੈ ਔਰ ਉਸ ਤੋਂ ਬਾਅਦ ਕਿਹੜੇ ਲੈਵਲ 'ਤੇ ਉਹ ਪਹੁੰਚਦਾ, ਕਿੱਦਾਂ ਪਹੁੰਚਦਾ। ਜੇ ਉਹਨਾਂ ਦੇ ਹੱਕ ਹੀ ਖੋਏ ਜਾਣਗੇ, ਉਹਨਾਂ ਦੀਆਂ ਜ਼ਮੀਨਾਂ ਵੀ ਉਹਨਾਂ ਤੋਂ ਲੈ ਕੇ ਜਾਂ ਉਹਨਾਂ ਦੀ ਜਿਨਸ ਦਾ ਮੁੱਲ ਹੀ ਨਹੀਂ ਉਹਨਾਂ ਨੂੰ ਪੂਰਾ ਮਿਲਣਾ, ਕੁਝ ਸਮਾਂ ਮੁੱਲ ਦੇ ਕੇ ਉਸ ਤੋਂ ਬਾਅਦ ਉਹਨਾਂ ਨੂੰ ਪੂਰਾ ਮੁੱਲ ਨਹੀਂ ਦੇਣਾ, ਤਾਂ ਉਹ ਇੱਕ ਦਿਹਾੜੀਆਂ ਕਰਨ 'ਤੇ ਜਾਂ ਉਹਨਾਂ ਨੂੰ ਗੁਲਾਮ ਬਣਾਉਣ ਦੀ ਸਰਾਸਰ ਮਤਲਬ ਕੋਸ਼ਿਸ਼ ਹੈ ਜੀ। ਅਤੇ ਆਪਣਾ ਤੁਸੀਂ ਕਿਸਾਨੀ ਨਾਲ ਜੁੜੇ ਹੋਏ ਹੋ ਜਾਂ ਕਿਸੇ ਪਾਰਟੀ ਨਾਲ? ਇੱਕੋ ਹੀ ਨਾਰਾ ਹੈ ਜੀ ਵੀ ਇਸ ਨਾਲ ਇਕੱਲੇ ਕਿਸਾਨ ਨਹੀਂ, ਕਿਸਾਨੀ ਦਾ ਨੁਕਸਾਨ ਨਹੀਂ ਹੋਣਾ, ਕਿਸਾਨ ਦਾ ਸਾਰੇ ਹੀ ਵਰਗ ਦਾ ਨੁਕਸਾਨ ਹੈ, ਜਿੰਨੇ ਵਪਾਰੀ ਨੇ ਚਾਹੇ ਕੋਈ ਦੁਕਾਨਦਾਰ ਹੈ, ਕੋਈ ਵੀ ਹੈ, ਪਾਰਟੀ ਸਭ ਦਾ ਇਸ ਚੀਜ਼ ਨਾਲ ਜਿਹੜਾ ਕਾਨੂੰਨ ਆਇਆ ਇਸ ਨਾਲ ਸਭ ਦਾ ਨੁਕਸਾਨ ਹੋ ਜਾਣਾ। ਸਭ ਅਸੀਂ ਅਪੀਲ ਕਰਦੇ ਹਾਂ, ਸਭ ਜਿੰਨੇ ਵੀ ਵਪਾਰੀ ਵਰਗੇ ਜੋ ਵੀ ਸਭ ਨੂੰ ਵੀ ਮਜ਼ਦੂਰ ਨੇ, ਵਪਾਰੀ ਹੈ, ਸੜਕਾਂ 'ਤੇ ਆਓ ਸਾਰੇ ਇਕੱਠੇ ਰਲ ਮਿਲ ਕੇ, ਕਾਂਗਰਸ, ਆਮ ਆਦਮੀ ਪਾਰਟੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ, ਅਕਾਲੀ ਦਲ ਤੋਂ, ਆਪਣਾ ਹੱਕ ਲਈ ਸਾਰੇ ਜਾਣੇ ਆਓ। ਜੇ ਹੁਣ ਨਹੀਂ ਜੇ ਆਪਾਂ ਜਾਗਾਂਗੇ ਫਿਰ ਕਿਹੜੇ ਟਾਈਮ, ਜਦੋਂ ਸਾਰਾ ਕੁਝ ਲੰਘ ਜਾਏਗਾ ਵੇਲਾ, ਜੇ ਹੋ ਫਿਰ ਉਸ ਤੋਂ ਬਾਅਦ ਜਾਗੇ ਤਾਂ ਆਪਾਂ ਕੀ ਜਾਗੇ? ਤੁਸੀਂ ਸਰਕਾਰ ਤੋਂ ਕੀ ਡਿਮਾਂਡ ਕਰਦੇ ਹੋ? ਕੇਂਦਰ ਸਰਕਾਰ ਤੋਂ ਡਿਮਾਂਡ ਕਰਦੇ ਹਾਂ ਵੀ ਸਾਡਾ ਜਿਹੜਾ ਵੀ ਜੋ ਕਾਨੂੰਨ ਇਹ ਵਾਪਸ ਲਿਆ ਜਾਵੇ। ਅਸੀਂ ਪਿਆਰ ਨਾਲ ਅਪੀਲ ਕਰਦੇ ਹਾਂ ਹੱਥ ਜੋੜ ਕੇ, ਨਹੀਂ ਤਾਂ ਇਸ ਤੋਂ ਬਾਅਦ ਵਿੱਚ ਕਿਸਾਨ ਜਿਹੜੇ ਜੋ ਵੀ ਪੰਜਾਬ ਦੇ ਫਿਰ ਨੌਜਵਾਨ ਨੇ ਫਿਰ ਗਲਤ ਰਸਤੇ 'ਤੇ ਜਾਣਗੇ, ਫਿਰ ਇਹ ਕਹਿਣਗੇ ਜੀ ਅੱਤਵਾਦੀ ਨੇ, ਫਲਾਣੇ ਨੇ, ਇਸ ਗਰੁੱਪ ਦੇ ਨੇ, ਇਹ ਚੰਗੀ ਗੱਲ ਨਹੀਂ ਹੋਣੀ। ਇਸ ਤੋਂ 84 ਵਾਲਾ ਮਾਹੌਲ ਇਹਨਾਂ ਨੇ ਪੈਦਾ ਕਰਨਾ, ਹੋਰ ਕੁਛ ਨਹੀਂ। ਅਸੀਂ ਚਾਹੁੰਦੇ ਹਾਂ ਵੀ ਉਹ ਚੀਜ਼ ਨਾ ਆਵੇ, ਨੁਕਸਾਨ ਨਾ ਹੋਵੇ। ਪਹਿਲਾਂ ਵੀ ਬੜੇ ਨੌਜਵਾਨਾਂ ਦਾ ਨੁਕਸਾਨ ਕਰ ਚੁੱਕੀ ਸਰਕਾਰਾਂ, ਹੁਣ ਵੀ ਇਹ ਕਰਨ ਦੀਆਂ ਨੇ, ਫਿਰ ਬਾਅਦ ਦੇ ਵਿੱਚ ਇਹਨਾਂ ਨੇ ਇਲਜ਼ਾਮ ਲਾਉਣਾ ਵੀ ਇਹ ਬਾਹਰੋਂ ਬੈਠੇ ਕਰਾਉਂਦੇ ਪਏ ਨੇ। ਬਾਹਰੋਂ ਬੈਠੇ ਇਹਨੇ ਤਾਂ ਨਹੀਂ ਕਿਹਾ ਵੀ ਹੁਣ ਬਿੱਲ ਪਾਸ ਕਰੋ, ਇਹ
ਹੈ ਫਿਰ ਕਹਿ ਦਿੰਦੇ ਨੇ ਵੀ ਬਾਹਰ ਦੇ ਜਿਹੜੇ ਬੈਠੇ ਨੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਵੀ ਆ ਕਰੋ ਤੇ ਏਦਾਂ ਕਰੋ ਹੁਣ ਬਾਹਰ ਦੇ ਬੈਠੇ ਨੇ ਤੇ ਨਹੀਂ ਤੁਹਾਨੂੰ ਕਿਹਾ ਵੀ ਆ ਕਾਨੂੰਨ ਲਿਆਓ ਬਿੱਲ ਲਿਆਓ ਤੇ ਸਾਨੂੰ ਤੰਗ ਕੀਤਾ ਜਾ ਰਿਹਾ ਸੰਘਰਸ਼ ਹੀ ਆਏਗਾ ਇਸ ਤੋਂ ਵੀ ਵੱਧ ਇਸ ਤੋਂ ਵੱਧ ਚੜ ਕੇ ਵੀ ਅਸੀਂ ਸੰਘਰਸ਼ ਕਰਾਂਗੇ ਜੇ ਸਾਡੀ ਕਿਸਾਨ ਯੂਨੀਅਨ ਜਿੰਦਾਬਾਦ ਆਪਣੇ ਕਿਸੇ ਗੱਲ ਤੇ ਭਾਜੀ ਅੱਜ ਇਹ ਜੋ ਕਿਸਾਨਾਂ ਦੀ ਹਿਮਾਇਤ ਧਰਨਾ ਲੱਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਪੰਜਾਬ ਦੇ ਕਿਸਾਨ ਦੀ ਦਿਲ ਵਿੱਚ ਬਹੁਤ ਜ਼ਿਆਦਾ ਦਰਦ ਹੈ ਅੱਜ ਮੈਂ ਜ਼ਿਲ੍ਹੇ ਪਟਿਆਲੇ ਦੇ ਦੋ ਤਿੰਨ ਇਲਾਕਿਆਂ ਦੇ ਵਿੱਚ ਹੀ ਮੈਂ ਜਾ ਪਾਇਆ ਸਵੇਰ ਦੇ ਅਸੀਂ ਨਿਕਲੇ ਹੋਏ ਹਾਂ ਵੱਖ ਵੱਖ ਥਾਵਾਂ 'ਤੇ ਅਸੀਂ ਗਏ ਹਾਂ ਔਰ ਕੋਈ ਵਿਰਲੀ ਇਹੋ ਜਿਹੀ ਕੋਈ ਜਿਹੜੀ ਕੋਈ ਜਗ੍ਹਾ ਹੈ ਜਿੱਥੇ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਔਰ ਨਵੇਕਲੀ ਗੱਲ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਮੈਂ ਕਦੇ ਦੇਖਿਆ ਨਹੀਂ ਸੀਗਾ ਪਹਿਲੀ ਵਾਰ ਹੋਇਆ ਸਾਰੀਆਂ ਕਿਸਾਨ ਜਥੇਬੰਦੀਆਂ ਇੱਕਮੁੱਠ ਹੋ ਕੇ ਜੋ ਕਿਸਾਨ ਦੀ ਲੜਾਈ ਜੋ ਲੜ ਰਹੀ ਹੈਗੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਮੇਰਾ ਜਿਹੜਾ ਨਮਨ ਹੈ ਠੀਕ ਆ ਰਾਜਨੀਤਿਕ ਲੋਕ ਅੱਜ ਰਾਜਨੀਤੀ ਵੀ ਕਰ ਰਹੇ ਆ ਇਸ ਮੁਹਿੰਮ ਨੂੰ ਜੋ ਕਿਸਾਨ ਦੀ ਜਿਹੜੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਵਪਾਰੀ ਦੀ ਲੜਾਈ ਹੈ ਇਹਨੂੰ ਕਮਜ਼ੋਰ ਕਰਨ ਵਾਸਤੇ ਕੁਛ ਪੋਲੀਟੀਕਲ ਪਾਰਟੀਆਂ ਨੇ ਅੱਜ ਅਲੱਗ ਝੰਡੇ ਚੱਕ ਕੇ ਜਿਹੜੇ ਹੈਗੇ ਆ ਉਹ ਆਪਣੇ ਪਾਰਟੀਆਂ ਦੇ ਪਲੇਟਫਾਰਮ 'ਤੇ ਬੈਠੇ ਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਲੱਗ ਅਲੱਗ ਜਗ੍ਹਾਵਾਂ 'ਤੇ ਤਾਂ ਕਿ ਉਹ ਬੰਦਿਆਂ ਨੂੰ ਰੋਕ ਸਕਣ ਕਿਸਾਨਾਂ ਦੀ ਐਜੂਕੇਸ਼ਨ ਲੇਕਿਨ ਜੋ ਫੈਸਲਾ ਜੋ ਸਾਨੂੰ ਪਾਰਟੀ ਦਾ ਆਦੇਸ਼ ਵੀ ਹੋਇਆ ਔਰ ਜੋ ਅਸੀਂ ਪਰਿਵਾਰਕ ਤੌਰ 'ਤੇ ਵੀ ਫੈਸਲਾ ਲਿੱਤਾ ਮੋਦ ਸਾਹਿਬ ਦਾ ਵੀ ਹੁਕਮ ਸੀ ਜਿੱਦਾਂ ਮੈਂ ਕੱਲ੍ਹ ਵੀ ਮੈਂ ਪ੍ਰੈਸ ਦੇ ਸਾਹਮਣੇ ਆਏ ਆ ਪਹਿਲਾਂ ਵੀ ਅਸੀਂ ਗੱਲ ਕੀਤੀ ਮੇਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਿਤੇ ਯੂਥ ਕਾਂਗਰਸ ਦਾ ਸਿਪਾਹੀ ਜਿੱਥੇ ਵੀ ਸਾਡੇ ਸਾਥੀ ਨੇ ਅਸੈਂਬਲੀ ਪ੍ਰਧਾਨ ਨੇ ਚਾਹੇ DCCC ਦੇ ਵਰਕਰ ਆ ਕੋਈ DPYC ਦੇ ਯੂਥ ਕਾਂਗਰਸ ਦੇ ਵਰਕਰ ਨੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਵੱਖ ਵੱਖ ਥਾਵਾਂ 'ਤੇ ਲੱਗੇ ਹੋਏ ਆ ਔਰ ਅੱਜ ਇੱਥੇ ਵੀ ਅਸੀਂ ਪੋਲੀਟੀਕਲ ਏਜੰਡੇ ਦੀ ਬਿਨਾਂ ਤੁਸੀਂ ਦੇਖੋ ਸਾਡੇ ਕੋਲ ਕਿਸੇ ਕੋਲ ਕੋਈ ਕਾਂਗਰਸ ਦਾ ਝੰਡਾ ਨਹੀਂ ਕੋਈ ਨਰ ਅਸੀਂ ਸਿਰਫ ਕਿਸਾਨ ਮਜ਼ਦੂਰ ਅਤੇ ਵਪਾਰੀ ਦੀ ਜਿਹੜੀ ਗੱਲ ਕਰਨ ਇੱਥੇ ਆਏ ਹੈਗੇ ਆ ਆਪਣੇ ਕਿਸਾਨ ਭਰਾਵਾਂ ਦੇ ਨਾਲ ਕਿਉਂਕਿ ਪਹਿਲਾਂ ਅਸੀਂ ਕਿਸਾਨ ਰਾਜਨੀਤਿਕ ਜਿਹੜੇ ਪਲੈਟਫਾਰਮਸ ਨੇ ਉਹ ਅਲੱਗ ਨੇ ਕਿਸਾਨ ਹੋਣ ਦੇ ਨਾਤੇ ਅੱਜ ਅਸੀਂ ਜਿੱਥੇ ਜਿੱਥੇ ਵੀ ਐਜੀਟੇਸ਼ਨਸ ਹੋ ਰਹੇ ਨੇ ਉੱਥੇ ਅਸੀਂ ਥੋੜ੍ਹਾ ਥੋੜ੍ਹਾ ਸਮਾਂ ਆਪਣੇ ਵੱਲੋਂ ਲਾ ਕੇ ਅਸੀਂ ਪਾਰਟੀਸਪੇਟ ਕਰ ਰਹੇ ਹਾਂ ਔਰ ਇਹ ਲੜਾਈ ਇਕੱਲੀ ਸਾਡੀ ਲੜਾਈ ਨਹੀਂ ਇਹ ਸਾਰਿਆਂ ਦੀ ਲੜਾਈ ਹੈ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿਸਾਨਾਂ ਦੇ ਵਿੱਚ ਜੋ ਰੋਸ ਹੈ ਜੋ ਕਿਸਾਨੀ ਹੈ ਪੰਜਾਬ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਇਹਨੂੰ ਤੋੜਨ ਦੀ ਜੋ ਮੋਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਉਹਦਾ ਰੋਸ ਜੋ ਹੈ ਪੰਜਾਬ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਉਹਦਾ ਰੋਸ ਜੋ ਕਿਸਾਨਾਂ ਵਿੱਚ ਹੈ ਲੋਕਾਂ ਵਿੱਚ ਹੈ ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਣਾ ਸਾਰਾ ਕੁਛ ਪਾਰਟੀ ਦਾ ਝੰਡਾ ਸਭ ਕੁਛ ਛੱਡ ਕੇ ਅਸੀਂ ਇੱਥੇ ਪਹੁੰਚੇ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਅਸੀਂ ਵੀ ਕਿਸਾਨ ਦੇ ਪੁੱਤਾਂ ਰਾਜਨੀਤਿਕ ਪਲੈਟਫਾਰਮ ਸਾਡੇ ਕੋਲ ਹੈਗੇ ਨੇ ਪਰ ਉਹਨਾਂ ਨੂੰ ਤਿਆਗਦੇ ਹੋਏ ਅਸੀਂ ਇੱਥੇ ਬੈਠੇ ਹਾਂ ਅਸੀਂ ਆਮ ਕਿਸਾਨ ਦੇ ਤੌਰ 'ਤੇ ਇੱਥੇ ਪਹੁੰਚੇ ਮੋਦੀ ਸਰਕਾਰ ਆਪਣੀ ਮਰਜ਼ੀ ਕਰਦੀ ਆ ਰਹੀ ਹੈ ਹਰ ਮਤੇ ਦੇ ਬਹੁਮਤ ਕਰਦੀ ਆ ਰਹੀ ਹੈ ਆਪਣਾ ਹਰ ਮਤਲਬ ਪੂਰਾ ਕਰਦੀ ਆ ਰਹੀ ਹੈ ਜੇਕਰ ਜੂ ਸਰਕੀ ਨਾਲ ਤੁਸੀਂ ਕੀ ਕਰੋਗੇ ਇਹ ਡੈਮੋਕ੍ਰੇਸੀ ਤੋੜੀ ਹੈ ਜੀ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਹੈ ਇਹ ਡਿਕਟੇਟਰਸ਼ਿਪ ਚਲਾ ਰਹੇ ਹੈ ਇਹ ਜੇ ਇਹ ਇਸੇ ਤਰ੍ਹਾਂ ਘਾਣ ਕਰਦੇ ਰਹੇ ਤਾਂ ਜਿਹੜਾ ਹੈਗਾ ਵੀ ਜਿਹੜਾ ਐਜੀਟੇਸ਼ਨ ਅੱਜ ਸ਼ੁਰੂ ਹੋਇਆ ਇਹ ਲੱਖਾਂ 'ਚ ਹੋਇਆ ਕਰੋੜਾਂ 'ਚ ਵੀ ਪਹੁੰਚਿਆ ਕਰੋੜਾਂ ਤੋਂ ਅਰਬਾਂ 'ਚ ਪਹੁੰਚ ਕੇ ਕਿਉਂਕਿ ਲੋਕਾਂ ਦੇ ਹੱਥ ਤਾਕਤ ਹੈ ਇਹਦੀ ਕੁਰਸੀ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਦਾ ਇੱਕੋ ਇੱਕ ਜਿਹੜਾ ਹੱਥ ਹਥਿਆਰ ਹੈ ਉਹ ਡੈਮੋਕ੍ਰੇਸੀ ਦਾ ਵੋਟ ਹਥਿਆਰ ਹੈ ਲੋਕ ਇਹਨੂੰ ਮੂੰਹ ਤੋੜ ਜਵਾਬ ਦੇਣਗੇ ਜੇ ਇਹ ਭੁੱਲਿਆ ਬੈਠਾ ਵੀ ਮੈਂ ਲੋਕਾਂ 'ਚ ਦੁਬਾਰਾ ਜਾਣਾ ਤਾਂ ਇਹਨਾਂ ਨੂੰ ਜਾਣਾ ਪੈਣਾ ਜਦੋਂ ਇਹਨਾਂ 'ਤੇ ਜੁੱਤੀਆਂ ਪੈਣੀਆਂ ਇਹਨਾਂ ਨੂੰ ਆਪ ਹੀ ਸਮਝ ਆ ਜਾਣਾ ਵੀ ਅਸੀਂ ਕਿੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਸੋ ਇਹ ਅੰਨਾ ਰਾਜ ਜ਼ਿਆਦਾ ਦੇਰ ਨਹੀਂ ਚੱਲਦਾ ਮੋਦੀ ਕਿਸਾਨ ਵਿਰੋਧੀ ਸਾਡਾ ਹੱਕ ਇੱਥੇ ਰੱਖ ਕਾਲੇ ਕਾਨੂੰਨ ਵਾਪਸ ਲਓ ਲਾਓ ਨਾਰੇ ਬਾਦਲ ਮੋਦੀ ਕਿਸਾਨ ਵਿਰੋਧੀ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਕਾਲੇ ਕਾਨੂੰਨ ਵਾਪਸ ਲਓ ਕਾਲੇ ਕਾਨੂੰਨ ਵਾਪਸ ਲਓ ਕਾਲੇ ਕਾਨੂੰਨ ਵਾਪਸ ਲਓ ਥੈਂਕ ਯੂ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਤੇ ਅੱਜ ਜੋ ਕਿਹੜੇ ਪਿੰਡ ਤੋਂ ਭਾਈ ਜੀ ਸਾਡਾ ਪਿੰਡ ਇਹੀ ਮਹਿਮਦਪੁਰ ਸ਼ੰਭੂ ਬੈਰੀਅਰ ਤੇ ਅੱਜ ਜੋ ਇਹ ਧਰਨਾ ਲੱਗਿਆ ਹੋਇਆ ਕਿਸਾਨਾਂ ਦੇ ਸਮਰਥਨ ਵਿੱਚ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਅਸੀਂ ਤਾਂ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਉਹਨਾਂ ਦੇ ਉਹਦੇ ਵਿੱਚ ਆਏ ਹਾਂ ਅਤੇ ਅਸੀਂ ਇਹ ਬਿੱਲ ਹਰ ਕੀਮਤ ਦੇ ਵਿੱਚ ਵਾਪਸ ਕਰਾ ਕੇ ਛੱਡਾਂਗੇ ਅਗਰ ਇਹਨਾਂ ਦੇ ਕੰਨ ਦੇ ਉੱਪਰ ਜੂ ਨਹੀਂ ਸਰਕਦੀ ਅਸੀਂ ਹੋਰ ਜ਼ਿਆਦਾ ਸੰਘਰਸ਼ ਕਰਾਂਗੇ ਅਸੀਂ ਦਿੱਲੀ ਤੱਕ ਜਾਵਾਂਗੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਅਸੀਂ ਅੱਗੇ ਇਕੱਠ ਕਰਾਂਗੇ
साढ़े किसान भीर साढ़े सारे जथेबंदियां साढ़े नाल ने साढ़े मोढ़े नाल मोढ़ा जोड़ के खड़िया ने असीं उन्हां दे नाल मुताबिक किन्नी कु जथेबंदियां इत्थे पहुंचियां ने साढ़े मुताबिक तो इत्थे पंजाब दियां पटियाले जिले तक दियां सारियां जथेबंदियां पहुंचियां ने बाकी होर कट्ठ जिथे जिथे पंजाब दे विच ने बाकी जथेबंदियां उत्थे ड्यूटी लगी है किसान दे नाल नाल होर भी इत्थे कुछ शामिल होए ने बंदे जिहड़े साढ़े समर्थन दे विच कोई कलाकार भी साढ़े कलाकार भी साढ़े नाल समर्थन करदे पए ने क्योंकि ओह भी जिमीदारां दे बच्चे ने जिमीदार ने वो साढ़े नाल फुल सपोर्ट करते पे ने पार्टी मैंबर समर्थन पार्टी मैंबर साढ़े नाल कोई भी नहीं आया जी ये सिर्फ किसान जथेबंदियां ने ते जो साडा समर्थन कर दियां पईआं ने साडे नाल कोई MLA नहीं आया कोई 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 भी वो नहीं है जी घनौर हल्के दे या राजपुरा हल्के तो या किसी होर हल्के तो कोई MLA ने कोई नहीं साडे नाल कोई नहीं आया जी इत्थे इस टाइम कोई नहीं है।